ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ दिली ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚੇ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਪ੍ਰੋਗਰਾਮ ਸੱਚਾ ਸੱਚੇ ਦੀ ਰੁਹੇਰਵਾ ਡਾਕਟਰ ਮਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ ਆਉਣ ਨਾਲ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਆਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 8 ਦਸੰਬਰ 2017 25 ਮਗਰ ਨਾਨਕ ਚਾਈ ਸੰਮਤ 590 ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸੀ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਹਮੇਸ਼ਾ ਇਹ ਤਰ੍ਹਾਂ ਦੱਸਦੀਏ ਵਿਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲਫੇਵ ਕੇਬਲ ਇਨ ਕੈਨੇਡਾ ਰੋਕੂ ਜਾਦੂ ਬਾਕਸ ਸ਼ਵਾ ਫੇਸਬੁਕ ਗਲੋਬਲ ਸੀਪਿੰਦੀ ਐਪ ਰਾਹੀਂ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚਾ ਸਾਚ ਨਾਲ ਫੇਸਬੁਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵਾਤਵਾਦ ਲਾਈਕ ਕਰੋ ਤੇ ਸ਼ੇਅਰ ਕਰੋ ਸ਼ੁਕਰੀਆ ਜੀ ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜਿਸ ਤਰ੍ਹਾਂ ਕੇ ਜੋ ਹਿਊਮਰਾਈਜ਼ਡ ਡੇ ਹੈਗਾ ਉਹ ਉਸ ਦੀ ਆਪਾਂ 59th ਐਨੀਵਰਸਰੀ ਮਨਾਉਣ ਜਾ ਰਹੇ ਆ ਜਿਹੜਾ ਕਿ ਸੰਡੇ ਨੂੰ ਹੈ ਜਿਸ ਨੂੰ ਕਿ ਯੂਨਾਈਟਡ ਨੇਸ਼ਨ ਨੇ 10 ਦਸੰਬਰ 1948 ਨੂੰ ਮਨਜ਼ੂਰ ਕੀਤਾ ਸੀ ਇਸ ਬਾਰੇ ਆਪਾਂ ਤੁਹਾਡੇ ਵਿਚਾਰ ਜਾਣੇ ਚਾਹਾਂਗੇ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਤੁਸੀਂ ਅ ਦੇਖੋ ਕਿਉਂਕਿ ਅੱਜ ਇਸ ਹਫਤੇ ਦਾ ਅਖੀਰਲਾ ਪ੍ਰੋਗਰਾਮ ਹੈ ਤੇ 10 ਦਸੰਬਰ ਦਾ ਦਿਨ ਸੰਡੇ ਫਾਲ ਕਰ ਰਿਹਾ ਇਸ ਲਈ ਅਸੀਂ ਉਸ ਦਿਨ ਦੇ ਮੁਤਲਕ ਕੀ ਅੱਜ ਦੇ ਪ੍ਰੋਗਰਾਮ ਨੂੰ ਡੈਡੀਕੇਟ ਕਰਦੇ ਜੀ ਔਰ 10 ਦਸੰਬਰ ਦੇ ਹਵਾਲੇ ਨਾਲ ਦੁਨੀਆ ਭਰ ਦੇ ਵਿੱਚ ਥਾਉ ਥਾਈ ਜਿਹੜੇ ਮਨੁੱਖੀ ਹੱਕਾਂ ਨੂੰ ਪਿਆਰ ਕਰਨ ਵਾਲੇ ਨੇ ਮਨੁੱਖੀ ਹੱਕਾਂ ਦੀਆਂ ਅਲੰਬਰਜ਼ਾਰ ਸੰਸਥਾਵਾਂ ਨੇ ਐਮਨੈਸਟੀ ਇੰਟਰਨੈਸ਼ਨਲ ਹੋਏ ਹਿਊਮਨ ਰਾਈਟਸ ਵਾਚ ਹੋਏ ਔਰ ਗਲੋਬਲ ਹਿਊਮਨ ਰਾਈਟਸ ਲਈ ਕੰਮ ਕਰਨ ਵਾਲੇ ਆਡਾਡ ਗਰੁੱਪ ਉਹ ਇਸ ਦਿਨ ਕੈਂਡਲ ਲਾਈਟ ਵਿਜੁਅਲਸ ਕਰਦੇ ਨੇ ਸੈਮੀਨਾਰਸ ਕਰਦੇ ਨੇ अर्जेंट अपील ਜਿਹੜਾ ਸਿਗਨੇਚਰ ਕੈਂਪੇਨ ਕਰਦੇ ਨੇ ਔਰ ਜਿਵੇਂ ਅਸੀਂ ਪਿਛਲੇ ਪ੍ਰੋਗਰਾਮ ਚ ਡਿਸਕਸ ਕੀਤਾ ਸੀ ਦੋ ਦਿਨ ਪਹਿਲਾਂ ਕਿ ਕਿਵੇਂ ਜਿਹੜਾ ਪੀਪਲਸ ਟ੍ਰਿਬਿਊਨਲ ਹੈ ਉਹਨਾਂ ਨੇ 9000 ਦੇ ਕਰੀਬ ਕੇਸ ਜਿਹੜੇ ਡਿਸ ਅਪੀਰੈਂਸਸ ਪੰਜਾਬ ਚ 1980 ਤੋਂ 1995 ਤੱਕ ਦੇ ਪੀਰੀਅਡ ਚ ਹੋਈਆਂ ਉਹਨਾਂ ਦਾ ਖਲਾਸਾ ਉਹਨਾਂ ਨੇ 2 ਦਸੰਬਰ ਦੇ ਚੰਡੀਗੜ੍ਹ ਦੇ ਆਪਣੇ ਪਹਿਲੇ ਪਬਲਿਕ ਇਨਕਸ਼ਾਫ ਪ੍ਰੈਸ ਕਾਨਫਰੰਸ ਰੈਂ ਕੀਤਾ ਸੀ ਔਰ ਅੱਜ ਜਦੋਂ ਮੇਰੀ ਬੀਬੀ ਪਰਮਜੀਤ ਕੌਰ ਖਾਲੜਾ ਨਾਲ ਗੱਲਬਾਤ ਹੋ ਰਹੀ ਸੀ ਖਾਲੜਾ ਸਾਹਿਬ ਦੀ ਸਿੰਘਣੀ ਤੋਂ ਉਹਨਾਂ ਨੇ ਦੱਸਿਆ ਕਿ ਉਹ ਦਿੱਲੀ ਜਾ ਰਹੇ ਨੇ ਕਿਉਂਕਿ 10 ਦਸੰਬਰ ਨੂੰ ਦਿੱਲੀ ਦੇ ਵਿੱਚ ਪੀਪਲਸ ਕਮਿਸ਼ਨ ਵੱਲੋਂ ਟ੍ਰਾਈਬਿਊਨਲ ਵੱਲੋਂ ਇੱਕ ਪ੍ਰੈਸ ਕਾਨਫਰੰਸ ਰੱਖ ਕੇ ਉਹ ਜਿਹੜੇ ਲਗਭਗ 9000 ਦੇ ਕਰੀਬ ਜਿਹੜੀਆਂ ਡਿਸ ਅਪੀਅਰੈਂਸਸ ਤੇ ਪਖਤਾ ਪ੍ਰੂਫ ਨੇ ਉਹਨਾਂ ਨੂੰ ਰਿਲੀਜ਼ ਕੀਤਾ ਜਾਏਗਾ ਇਸ ਤੋਂ ਇਲਾਵਾ ਵੀ ਪੰਜਾਬ ਚ ਦਲ ਖਾਲਸਾ ਵੱਲੋਂ ਗੁਰਦਾਸਪੁਰ ਦੇ ਵਿੱਚ ਮਾਰਚ ਕੀਤਾ ਜਾ ਰਿਹਾ ਔਰ ਹੋਰ ਵੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਸਮਾਗਮ ਹੋ ਰਹੇ ਨੇ ਜੀ ਹੁਣ ਅੱਜ ਜਿਹੜਾ ਵੀ ਥੋੜਾ ਬਹੁਤ ਪੜਿਆ ਲਿਖਿਆ ਬੰਦਾ ਹੈ ਜਾਂ ਇਵਨ ਅਵੇਅਰ ਹੈ ਮੈਂ ਪੜਾਈ ਲਿਖਾਈ ਸਿਰਫ ਸਕੂਲ ਕਾਲਜ ਤੱਕ ਨੂੰ ਨਹੀਂ ਮੰਨਦਾ ਜਿਹੜਾ ਵੀ ਆਪਣੇ ਆਲੇ ਦੁਆਲੇ ਬਾਰੇ ਜਾਗਰੂਕ ਹੈ ਜਦੋਂ ਮਨੁੱਖ ਦੀ ਗੱਲ ਆਉਂਦੀ ਹੈ ਮਾਨਵ ਦੀ ਗੱਲ ਆਉਂਦੀ ਹੈ ਹਿਊਮਨ ਬੀਿੰਗ ਦੀ ਗੱਲ ਆਉਂਦੀ ਹੈ ਹੋਮੋ ਸੇਪੀਅਨ ਦੀ ਗੱਲ ਆਉਂਦੀ ਹੈ ਜੀ ਤੇ ਫੇਰ ਉਸ ਦੇ ਹੱਕਾਂ ਦੀ ਗੱਲ ਵੀ ਆਉਂਦੀ ਹੈ ਔਰ ਹਕਕਾਂ ਦੀ ਗੱਲ ਜਾਂ ਜਿਹੜਾ ਚਾਰਟਰ ਜਿਵੇਂ ਤੁਸੀਂ ਦੱਸਿਆ ਕਿ ਅੱਜ 59th ਜਿਹੜੀ ਐਨੀਵਰਸਰੀ ਹੈ ਜਦੋਂ ਕਿ ਚਾਰਟਰ ਆਫ ਹਿਊਮਨ ਰਾਈਟਸ ਯੂਨਾਈਟਿਡ ਨੇਸ਼ਨਸ ਨੇ ਜਦੋਂ ਕਿ ਉਹਦੇ ਅਜੇ ਸਿਰਫ 50 ਦੇਸ਼ ਹੀ ਮੈਂਬਰ ਸਨ ਕਿਉਂਕਿ ਦੁਨੀਆ 'ਚ ਦੇਸ਼ ਹੀ ਥੋੜੇ ਸੀ ਔਰ ਬਹੁਤ ਵਾਰ ਜਿਹਨਾਂ ਨੂੰ ਲੱਗਦਾ ਹੈ ਵੀ ਖਾਲਿਸਤਾਨ ਬਣਨਾ ਜਿਹੜਾ ਇਹ ਬੜਾ ਅਸੰਭਵ ਹੈ ਔਰ ਡਿਫਿਕਲਟ ਹੈ ਜਾਂ ਦੂਸਰੇ ਉਹ ਸ਼ਾਇਦ ਇਤਿਹਾਸ ਤੋਂ ਵੀ ਵਾਕਫ ਨਹੀਂ ਨੇ ਉਹ ਇਮੀਡੀਏਟਲੀ ਜੇ 20ਵੀਂ ਸਦੀ ਨੂੰ ਹੀ ਦੇਖ ਲੈਣ ਤਾਂ ਫਿਰ ਉਹਨਾਂ ਨੂੰ ਸਮਝ ਆਏਗੀ ਕਿ 1948 ਚ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਥੱਲੇ ਸਿਰਫ 50 ਦੇਸ਼ ਸਨ ਜੀ ਅੱਜ 193 ਦੇਸ਼ ਯੂਨਾਈਟਿਡ ਨੇਸ਼ਨਸ ਦੇ ਮੈਂਬਰ ਨੇ ਸੂਝਾ ਰਿਹਾ ਹੈ ਕਿ ਉਹਨਾਂ ਚ ਵੱਡੀ ਗਿਣਤੀ ਚ ਦੇਸ਼ ਆਜ਼ਾਦ ਹੋਏ ਕੁਝ ਬ੍ਰਿਟਿਸ਼ ਕੋਲੋਨੀਅਲ ਰੂਲ ਤੋਂ ਆਜ਼ਾਦ ਹੋਏ ਕੁਝ ਪੁਰਤਗਾਲ ਸਪੇਨ, ਫ੍ਰਾਂਸ ਦੀਆਂ ਕਲੋਨੀ ਸੀ ਉਹਨਾਂ ਚੋਂ ਆਜ਼ਾਦ ਹੋਏ। ਜੀ। ਸੋਵੀਅਤ ਯੂਨੀਅਨ ਚੋਂ 15 ਦੇਸ਼ ਨਿਕਲੇ। ਯੂਗੋਸਲਾਵੀਆ ਚੋਂ 7-8 ਦੇਸ਼ ਨਿਕਲੇ ਔਰ ਲਗਾਤਾਰ ਜਿਵੇਂ ਇਸ ਤੈਮੂਰ, ਇੰਡੋਨੇਸ਼ੀਆ ਤੋਂ ਅੱਡ ਹੋਇਆ। ਸੋ ਲਗਾਤਾਰਤਾ ਦੇ ਨਾਲ ਨਵੇਂ ਦੇਸ਼ ਬਣ ਰਹੇ ਨੇ ਔਰ ਇਹਨਾਂ ਲਗਭਗ 69 ਸਾਲਾਂ ਦੇ ਵਿੱਚ ਇਹ ਗਿਣਤੀ 50 ਤੋਂ ਜਿਹੜੀ ਹੈ ਉਹ ਆਲਮੋਸਟ 193 ਤੱਕ ਪਹੁੰਚ ਗਈ ਹੈ ਸੋ ਇਹ ਜਾਨਣਾ ਬੜਾ ਜ਼ਰੂਰੀ ਹੈ ਕਿ ਜਦੋਂ ਆਮ ਤੌਰ ਤੇ ਅਸੀਂ ਵੀ ਆਪਣੇ ਪ੍ਰੋਗਰਾਮ ਚ ਕੋਟ ਕਰਦੇ ਆ ਜਾਂ ਕੋਈ ਵੀ ਕਹੇਗਾ ਕਿ ਜੀ ਇਹ ਵਾਇਓਲੇਸ਼ਨ ਆਫ ਹਿਊਮਨ ਰਾਈਟਸ ਹੈ ਜਿਹਾ ਅਸੀਂ ਪੰਜਾਬੀ ਚ ਕਹਾਂਗੇ ਕਿ ਮਨੁੱਖੀ ਹੱਕਾਂ ਦਾ ਘਾਣ ਹੈ ਜਾਂ ਮਨੁੱਖੀ ਹੱਕਾਂ ਦੀ ਉਲੰਘਣਾ ਹੈ ਤੇ ਇਸ ਸਾਰੇ ਦਾ ਧਾਰਮਦਾਰ ਇਸ ਸਟੇਟਮੈਂਟ ਦਾ ਫਿਰ 10 ਦਸੰਬਰ 1948 ਦਾ ਚਾਰਟਰ ਆਫ ਹਿਊਮਨ ਰਾਈਟਸ ਹੈ ਐਲਾਨ ਨਾਮ ਹੈ ਜਿਹੜਾ ਕਿ ਉਸ ਦਿਨ ਸੈਨ ਫ੍ਰਾਂਸਿਸਕੋ ਦੇ ਵਿੱਚ ਐਲਾਨਿਆ ਗਿਆ ਔਰ ਜਿਹਨੂੰ ਬਾਅਦ ਦੇ ਵਿੱਚ ਕਿਉਂਕਿ ਆਪਣੇ ਆਪ ਚੋ ਚਾਰਟਰ ਇੱਕ ਵੱਡੀ ਜ਼ਮੀਨ ਸੀ ਜਿਸ ਦੇ ਉੱਤੇ ਫਿਰ ਜਦੋਂ ਕਿ 1969 ਦੇ ਵਿੱਚ ਉਹ ਰਾਜ ਜਦੋਂ ਅਸੀਂ ਦੇਖ ਰਹੇ ਹਾਂ 50 ਸਾਲ ਅੱਜ ਦੋ ਕੋਵਨੈਂਟ ਜਿਹੜੇ ਕਿ ਪਾਸ ਹੋਏ 16 ਦਸੰਬਰ 1964 ਨੂੰ ਜੀ ਉਹ ਉਹਨਾਂ ਦੇ ਵੀ ਜਿਹੜੀ ਐ 50th ਐਨੀਵਰਸਰੀ ਐ ਔਰ ਉਹਨਾਂ ਦੋਨੋਂ ਕੋਵਨੈਂਟਸ ਨੇ ਜਿਨ੍ਹਾਂ ਦੇ ਵਿੱਚ ਇੱਕ ਜਿਹੜਾ ਉਹ ਇਸ ਦੇ ਲਈ ਸੀ ਇੰਟਰਨੈਸ਼ਨਲ ਕੋਵਨੈਂਟ ਔਨ ਸਿਵਲ ਐਂਡ ਪੋਲੀਟੀਕਲ ਰਾਈਟਸ ਕੇ ਸਿਵਲ ਔਰ ਪੋਲੀਟੀਕਲ ਰਾਈਟ ਕੀ ਨੇ ਔਰ ਦੂਸਰਾ ਇੰਟਰਨੈਸ਼ਨਲ ਕੋਵਨੈਂਟ ਆਫ ਔਨ ਇਕਨੋਮਿਕ ਸੋਸ਼ਲ ਐਂਡ ਕਲਚਰਲ ਰਾਈਟਸ ਜੀ ਇਹ ਦੋ ਕੋਵਨੈਂਟਸ ਦੀ ਵੀ ਅੱਜ 50th ਐਨੀਵਰਸਰੀ ਐ ਸੋ ਇਹਨਾਂ ਕੋਵਨੈਂਟਸ ਨੂੰ ਜਦੋਂ ਚਾਰਟਰ ਆਫ ਹਿਊਮਨ ਰਾਈਟਸ ਨੇ ਆਰਲ ਸੀ ਮਲਾ ਕੇ ਦੇਖਦੇ ਤੇ ਫਿਰ ਇਹ ਬਣ ਜਾਂਦਾ ਹੈ ਇਨ অর ਯੂਨ ਦੀ ਸਟੇਟਮੈਂਟ ਉਹਨਾਂ ਦੇ ਵੈਬਸਾਈਟ ਤੋਂ ਹੈ ਦਾ ਟੂ ਕੋਵਨੈਂਟਸ ਟੁਗੇਦਰ ਵਿਦ ਦਾ ਯੂਨੀਵਰਸਲ ਡੈਕਲਰੇਸ਼ਨ ਆਫ ਹਿਊਮਨ ਰਾਈਟਸ ਫਾਰਮ ਦਾ ਇੰਟਰਨੈਸ਼ਨਲ ਬਿਲ ਆਫ ਹਿਊਮਨ ਰਾਈਟਸ ਇਹ ਫਿਰ ਇੰਟਰਨੈਸ਼ਨਲ ਬਿਲ ਜਿਹੜਾ ਹਿਊਮਨ ਰਾਈਟਸ ਦਾ ਬਣ ਜਾਂਦਾ ਹੈ ਔਰ ਇਸ ਚੋਂ ਅੱਗੇ ਤੁਰਦੇ ਆ ਜਿਹੜਾ ਫਿਰ ਇਹ ਜਿਹੜਾ ਇੰਟਰਨੈਸ਼ਨਲ ਬਿਲ ਸੈਟਿੰਗ ਆਊਟ ਦਾ ਸਿਵਲ ਪੋਲੀਟੀਕਲ ਕਲਚਰਲ ਇਕਨੋਮਿਕ ਐਂਡ ਸੋਸ਼ਲ ਰਾਈਟਸ ਦੈਟ ਆਰ ਦਾ ਬਰਥ ਰਾਈਟ ਆਫ ਆਲ ਹਿਊਮਨ ਬੀਇੰਗਸ ਕਿ ਇਹ ਇਹਦੇ ਚੋਂ ਨਿਕਲਦੇ ਨੇ ਜਿਹੜੇ ਕਿ ਹਰ ਮਨੁੱਖ ਦਾ ਜਨਮ ਸਿੱਧ ਅਧਿਕਾਰ ਹੈ ਜਦੋਂ ਅਸੀਂ ਕਹਿੰਦੇ ਹਾਂ ਬਰਥ ਰਾਈਟ ਹੈ ਇਹ ਮੌਲਿਕ ਅਧਿਕਾਰ ਹੈ ਉਹਦਾ ਜਨਮ ਸਿੱਧ ਅਧਿਕਾਰ ਹੈ ਔਰ ਇਸ ਸਾਰੇ ਚੋਂ ਜਿਹੜਾ ਇਸ ਸਾਲ ਦਾ ਥੀਮ ਕਿਉਂਕਿ ਅਗਲੇ ਸਾਲ ਜਿਹੜਾ ਹੈ 2018 ਦੇ ਵਿੱਚ 50 ਸਾਲ ਇਹਦੇ ਤੋਂ ਅੱਜ ਹੋ ਗਏ ਕੋਵਨੈਂਟਸ ਦੇ ਔਰ ਯੂਨ ਚਾਰਟਰ ਦੇ ਜਿਹੜੇ ਨੇ ਉਹ 70 ਸਾਲ ਹੋ ਜਾਣੇ ਨੇ ਔਰ ਇਹਨੂੰ ਸਾਹਮਣੇ ਰੱਖ ਕੇ ਜਿਹੜਾ UN ਨੇ ਇਸ ਵਾਰ ਦਾ ਥੀਮ ਦਿੱਤੇ ਅਵਰ ਰਾਈਟਸ ਅਵਰ ਫਰੀਡਮਸ ਆਲਵੇਸ ਜੀ ਕਿ ਸਾਡੇ ਹੱਕ ਤੇ ਸਾਡੀਆਂ ਆਜ਼ਾਦੀਆਂ ਇਸ ਬਾਰੇ 22 ਮਿੰਟ ਦੀ ਵੀਡੀਓ ਹੈ ਉਹ ਅਸੀਂ ਬਾਅਦ ਚ ਦਿਖਾਵਾਂਗੇ ਟੂਵਰਡਸ ਦਾ ਐਂਡ ਆਫ ਦਾ ਪ੍ਰੋਗਰਾਮ ਜੀ ਆ ਲੇਕਨ ਅੱਜ ਦੀ ਜਿਹੜੀ ਸਾਡੀ ਗੱਲਬਾਤ ਹੈ ਇਸ ਤੇ ਹੀ ਆਧਾਰਿਤ ਹੋਏਗੀ ਤਾਂ ਕਿ ਅਸੀਂ ਆਪਣੇ ਜਿਹੜੇ ਸਾਡੇ ਸੂਝਵਾਨ ਦਰਸ਼ਕ ਨੇ ਸਰੋਤੇ ਨੇ ਉਹਨਾਂ ਨੂੰ ਫਰਦਰ ਜਾਣਕਾਰੀ ਦੇ ਸਕੀਏ ਕਿ ਜਦੋਂ ਉਹ ਸੁਣਦੇ ਨੇ ਕਿ ਜੀ ਇਹ ਚਾਰਟਰ ਆਫ ਹਿਊਮਨ ਰਾਈਟਸ ਲਿਖਿਆ ਹੋਇਆ ਹੈ ਜਾਂ ਇਹ ਇੰਟਰਨੈਸ਼ਨਲ ਕੋਵਨੈਂਟ ਹੈ ਜੀ ਜਾਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਜਾਂ ਰੈਫਰੈਂਡਮ 2020 ਜੀ ਜਦੋਂ ਹੁਣ ਇਹ ਸਾਰੇ ਸ਼ਬਦ ਅਕਰ ਕੀਤੇ ਜਾਂਦੇ ਨੇ ਬੋਲੇ ਜਾਂਦੇ ਨੇ ਤਾਂ ਫਿਰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹਨਾਂ ਦਾ ਆਧਾਰ ਕੀ ਹੈ ਬੀਸ ਕੀ ਹੈ ਔਰ ਕਿਵੇਂ ਜਿਵੇਂ ਕਿ ਇਹ ਬੇਸਿਕਲੀ ਯੂਨ ਨੇ ਕਿਹਾ ਕਿ ਇੰਟਰਨੈਸ਼ਨਲ ਬਿਲ ਆਫ ਹਿਊਮਨ ਰਾਈਟਸ ਬਣਾਇਆ ਜਿਹਦੇ ਵਿੱਚੋਂ ਇਹ ਜਿਹੜੇ ਹੱਕ ਨੇ ਉਹ ਇਨਹੇਰੈਂਟ ਰਾਈਟ ਬਣ ਗਏ ਜਿਨ੍ਹਾਂ ਨੂੰ ਕੋਈ ਖੋ ਨਹੀਂ ਸਕਦਾ ਜੇ ਕੋਈ ਖੋਂਦਾ ਤੇ ਇਹ ਵਾਇਓਲੇਸ਼ਨ ਆ ਹਿਊਮਨ ਰਾਈਟਸ ਜਦੋਂ ਅਸੀਂ ਕਹਿੰਦੇ ਕਿ ਉਲੰਘਣੇ ਸੋ ਅਸੀਂ ਜਿਹੜਾ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਪ੍ਰੀਐਂਬਲ ਤੋਂ ਪ੍ਰੀਐਂਬਲ ਜਦੋਂ ਵੀ ਕਿਸੇ ਚੀਜ਼ ਨੂੰ ਜਦੋਂ ਕੋਈ ਰਾਈਟਰ ਵੀ ਕਿਤਾਬ ਲਿਖਦਾ ਹੈ ਉਸ ਤੋਂ ਪਹਿਲਾਂ ਉਹ ਭੂਮਿਕਾ ਲਿਖਦਾ ਸੀ ਭੂਮਿਕਾ ਦਾ ਐਗਜ਼ੈਕਟ ਸ਼ਬਦ ਪ੍ਰੀਐਮਬਲ ਹੈ ਜੀ ਔਰ ਇਸ ਤੋਂ ਬਾਅਦ ਫਿਰ ਫੋਰਵਰਡ ਲਿਖਿਆ ਜਾਂਦਾ ਸੀ ਮੁਖਬੰਦ ਵੀ ਇਹ ਕਿ ਵੀ ਜਿਹਦੇ ਸਾਰੇ ਫਿਰ ਕਿਸੇ ਹੋਰ ਦਾ ਸੋਈਦਾ ਪ੍ਰੀਐਮਬਲ ਕਿ ਕਿਉਂ ਜਿਹੜਾ ਇਹ ਹਿਊਮਨ ਰਾਈਟਸ ਦੇ ਚਾਰਟਰ ਦੀ ਔਰ ਇਹ ਕੋਈ ਇਕਦਮ ਨਹੀਂ ਕਿ ਰਾਤ ਨੂੰ 50 ਦੇਸ਼ਾਂ ਦੇ ਨੁਮਾਇੰਦੇ ਸੌ ਕੇ ਉੱਠੇ ਤੇ ਸਵੇਰੇ ਹੋ ਗਿਆ ਕਿਉਂਕਿ ਇਹਦੇ ਪਿਛੋਕੜ ਚ ਅਸੀਂ ਦੇਖਦੇ ਹਾਂ ਕਿ 20ਵੀਂ ਸਦੀ ਦੇ ਪਹਿਲੇ ਅੱਧ 'ਚ ਕਰੋੜਾਂ ਲੋਕ ਮਾਰੇ ਗਏ ਸੀ ਜੰਗਾਂ ਦੇ ਵਿੱਚ ਜੀ ਪਹਿਲੀ ਸੰਸਾਰ ਜੰਗ ਜਿਹੜੀ 1914 ਤੋਂ 1919 ਤੱਕ ਹੋਈ ਔਰ ਉਸ ਤੋਂ ਬਾਅਦ ਇੱਕ ਥੋੜਾ ਜਿਹਾ ਯਤਨ ਦੁਨੀਆ 'ਚ ਹੋਇਆ ਇੱਕ ਸੰਸਥਾ ਬਣੀ ਲੀਗ ਆਫ ਨੇਸ਼ਨਸ ਜੀ ਮਕਸਦ ਇਹ ਸੀ ਕਿ ਦੁਨੀਆ 'ਚ ਦੁਬਾਰਾ ਇਸ ਤਰ੍ਹਾਂ ਦਾ ਵਿਨਾਸ਼ਕਾਰੀ ਜੰਗ ਨਾ ਹੋਏ ਪਰ ਲੀਗ ਆਫ ਨੇਸ਼ਨਸ ਫੇਲ ਹੋਈ ਔਰ ਅਸੀਂ ਦੇਖਦੇ ਹਾਂ ਕਿ 1939 ਤੋਂ 1945 ਤੱਕ ਫਿਰ ਉਹ ਮਹਾਨ ਨਾਸ਼ਕਾਰੀ ਮਹਾਨ ਇਸ ਲਈ ਨਹੀਂ ਕਿ ਉਹ ਕੋ ਗ੍ਰੇਟ ਸੀ ਮਹਾਨ ਮਹਾਵਿਨਾਸ਼ਕਾਰੀ ਗ੍ਰੇਟਲੀ ਡਿਸਟਰਕਟਿਵ ਜੀ ਵਰਲਡ ਵਾਰ ਹੋਇਆ ਜਿਹਦੇ ਚ ਕਰੋੜਾਂ ਲੋਕ ਮਾਰੇ ਗਏ ਔਰ ਉਹ ਸਿਰਫ ਵਾਲਾ ਹਮੇਸ਼ਾ ਹੀ ਦੋਨੋਂ ਸੰਸਾਰ ਜੰਗਾਂ ਇਹਨਾਂ ਯੂਰਪ ਵਾਲਿਆਂ ਨੇ ਸ਼ੁਰੂ ਕੀਤੀਆਂ ਨੇ ਲੇਕਿਨ ਉਹਦੀ ਬਰਬਾਦੀ ਜਿਹੜੀ ਐ ਅਸੀਂ ਦੇਖਦੇ ਹਾਂ ਕਿ ਕਿਵੇਂ ਔਰ ਦੂਸਰਾ ਸੰਸਾਰ ਯੁੱਧ ਤਾਂ ਫਿਰ ਐਟਮ ਬੌਮਸ ਦੇ ਨਾਲ ਉਸ ਦਾ ਖਾਤਮਾ ਹੋਇਆ ਹੈ ਹਿਰੋਸ਼ੀਮਾ ਨਾਗਾਸਾਕੀ ਦੇ ਲੇਕਿਨ ਕਰੋਨਾ ਲੋਕ ਔਰ ਸਿੱਖ ਬਤੌਰ ਸਿੱਖ ਕਮਿਊਨਿਟੀ ਜਾਂ ਸਿੱਖ ਨੇਸ਼ਨ ਦੇ ਤੌਰ ਤੇ ਜਦੋਂ ਅੱਜ ਇਸ ਨੂੰ ਗੱਲ ਕਰ ਰਹੇ ਤੇ ਅਸੀਂ ਇਹ ਸਮਝਦੇ ਹਾਂ ਕਿ ਜਿੱਥੇ ਦੁਨੀਆ ਦੇ ਵਿੱਚ ਜਦੋਂ ਵੀ ਕੋਈ ਤਬਦੀਲੀ ਤੋਂ ਬਾਅਦ ਨਵਾਂ ਸਟੈਪ ਹੁੰਦਾ ਹੈ ਤੇ ਇੱਕ ਟਰਮ ਜਿਹੜੀ ਬੁਸ਼ ਦੇ ਵੇਲੇ ਸ਼ੁਰੂ ਹੋਈ ਨਿਊ ਵਰਲਡ ਆਰਡਰ ਜੀ ਕਿ ਅੱਜ ਹੁਣ ਅਸੀਂ ਨਵਾਂ ਵਰਲਡ ਆਰਡਰ ਬਣਾ ਰਹੇ ਹਾਂ ਔਰ ਮੈਂ ਸਮਝਦਾ ਐ ਵੀ ਜਿਹੜੀ ਯੂਨਾਈਟਿਡ ਨੇਸ਼ਨਸ ਦੀ ਹੋਂਦ ਹੈ ਦੁਨੀਆ 'ਚ ਚਾਰਟਰ ਆਫ ਹਿਊਮਨ ਰਾਈਟਸ ਤੱਕ ਪਹੁੰਚਣਾ ਜਾਂ ਇਸ ਸਬਦ ਦੇ ਨਾਲ ਜੁੜਿਆ ਹੋਇਆ ਮਨੁੱਖੀ ਇਤਿਹਾਸ ਹੈ ਉਸ ਦੇ ਵਿੱਚ ਸਿੱਖ ਕੌਮ ਦਾ ਸਿੱਖ ਫਿਲਾਸਫੀ ਦਾ ਔਰ ਸਿੱਖ ਕੌਮ ਦਾ 20th ਸੈਂਚਰੀ ਖਾਸ ਤੌਰ ਤੇ ਸਿੱਖ ਫੌਜ ਦਾ ਜਿਹੜੇ ਕਿ 2 ਲੱਖ ਦੇ ਕਰੀਬ ਸਿੱਖਾਂ ਦੀਆਂ ਫੌਜੀਆਂ ਦੀਆਂ ਕੈਜੂਐਲਟੀਆਂ ਨੇ ਦੋ ਵਰਲਡ ਵਾਰਸ ਦੇ ਵਿੱਚ ਜਿਹਦੇ ਚ ਕਿ ਥਾਂ ਥਾਂ ਤੇ ਜਾ ਕੇ ਸਿੱਖ ਦੁਨੀਆ ਦੀ 18 ਥਾਵਾਂ ਤੇ 80 ਲొਕੇਸ਼ਨਸ ਦੇ ਉੱਤੇ ਸਿੱਖ ਜਿਨ੍ਹਾਂ ਦੇ ਵਿੱਚ ਮਿਡਲ ਈਸਟ ਵੀ ਹੈ ਯੂਰਪ ਫਰਾਂਸ ਵੀ ਹੈ ਉਧਰ ਜਿਹੜਾ ਉਹ ਬਰਮਾ ਔਰ ਇਮਫਾਲ ਵੀ ਹੈ ਔਰ ਸਿੰਗਾਪੁਰ ਵੀ ਹੈ ਕਿਹੜੀ ਐਸੀ ਥਾਂ ਹੈ ਜਿੱਥੇ ਸਿੱਖਾਂ ਦੀ ਜਿਹੜੀ ਹੈ ਉਹ ਉਹਨਾਂ ਦੀਆਂ ਕੁਰਬਾਨੀਆਂ ਨਹੀਂ ਹੋਈਆਂ ਹਾਲਾਂ ਇਸ ਦਾ ਮਤਲਬ ਇਹ ਨਹੀਂ ਵੱਡੀ ਗਿਣਤੀ ਵਿੱਚ ਪੰਜਾਬੀ ਮੁਸਲਮਾਨ ਵੀ ਫੌਜ ਦਾ ਹਿੱਸਾ ਸਨ ਔਰ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਕੁਝ ਜਿਹੜੇ ਸਾਰੇ ਹਿੰਦੂ ਤਾਂ ਨਹੀਂ ਸੀ ਉਹਨਾਂ ਦੇ ਵਿੱਚ ਕੁਝ ਜਿਵੇਂ ਮਰਾਠੇ ਨੇ ਜਾਂ ਕੁਮਾਉਂ ਸੀ ਜਾਂ ਢੋਗਰੇ ਨੇ ਜਾਂ ਗੋਰਖੇ ਨੇ ਉਹ ਕਿਉਂਕਿ ਮਾਰਸ਼ਲ ਰੇਸ ਕਨਸੈਪਟ ਸੀ ਅੰਗਰੇਜ਼ਾਂ ਦਾ ਪਰ ਕਿਉਂਕਿ ਅਸੀਂ ਹਿਸਟੋਰਿਕਲੀ ਸਿੱਖ ਪਰਸਪੈਕਟਿਵ ਤੋਂ ਵੀ ਇਸ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਜਿਹੜੇ ਮਨੁੱਖੀ ਹੱਕਾਂ ਦੀ ਗੱਲ ਜਾਂ ਚਾਰਟਰ ਮੈਂ ਪਹਿਲਾਂ ਇਸ ਨੂੰ ਟੱਚ ਕਰਾਂਗੇ ਕਿ ਇਹਦੀ ਭੂਮਿਕਾ ਜ ਕਿਉਂਕਿ ਜਦੋਂ 1945 ਚ ਦੂਸਰਾ ਸੰਸਾਰ ਯੁੱਧ ਖਤਮ ਹੋਇਆ ਕਰੋੜਾਂ ਲੋਕ ਮਾਰੇ ਗਏ ਜੀ ਕੁਝ ਤਾਂ ਡਾਇਰੈਕਟਲੀ ਫੌਜੀ ਸੀ ਲੱਖਾਂ ਔਰ ਉਹਨਾਂ ਦੇ ਜ਼ੁਲਮਾਂ ਦੀ ਬਦੌਲਤ ਉਹ ਪਾਵੇਂ ਥਾਂ-ਥਾਂ ਤੇ ਬੰਬਾਰਡਮੈਂਟ ਸੀ ਜਾਂ ਪੋਖੇ ਸੀ ਫੈਮਿਨ ਸੀ ਜਦੋਂ ਅਸੀਂ even ਬੰਗਾਲ ਦੀ ਗੱਲ ਕਰਦੇ ਆਂ ਇਧਰ ਸੰਸਾਰ ਯੁੱਧ ਲੱਗਾ ਹੋਇਆ ਸੀ ਜਿੱਨਾ ਅੰਨ ਦਾਣਾ ਉਹ ਬ੍ਰਿਟਿਸ਼ ਜਿਹੜੇ ਨੇ ਫੌਜ ਲਈ ਭੇਜ ਰਹੇ ਸੀ ਲੱਖਾਂ ਲੋਕ ਬੰਗਾਲ ਦੇ ਵਿੱਚ ਜਿਹਨੂੰ ਬੰਗਾਲ ਦਾ ਆਕਾਲ ਕਹਿੰਦੇ ਨੇ ਭੁੱਖਮਰੀ ਦੇ ਨਾਂ ਮਰ ਗਏ ਮਿਲੀਅਨਸ ਜੀ ਔਰ ਇਹ ਸਾਰਾ ਜਿਹੜਾ ਇਸ ਤਰੀ ਜੰਗ ਜ਼ਿੰਮੇਵਾਰ ਸੀ ਸੋ ਜਦੋਂ 1945 ਦੇ ਵਿੱਚ ਜੰਗ ਖਤਮ ਹੋਈ ਸੋ ਜ਼ਾਹਰ ਹੈ ਬੇਸ਼ੱਕ ਜੱਤੇ ਅੰਗਰੇਜ਼ ਬ੍ਰਿਟਿਸ਼ ਔਰ ਅਮਰੀਕਨ ਔਰ ਰਸ਼ੀਅਨ ਅਲਾਈਅੰਸ ਪਰ ਇਹ ਨੀਡ ਮਹਿਸੂਸ ਕੀਤੀ ਜਾਣ ਲੱਗੀ ਕਿ ਵੀ ਦੁਨੀਆ ਚ ਕੋਈ ਬਾਡੀ ਸਾਡੀ ਐਸੀ ਮਜ਼ਬੂਤ ਹੋਏ ਕੋਈ ਡਿਫਾਈਨ ਕਰੋ ਤਾਂ ਕਿ ਦੁਨੀਆ ਚ ਦੁਬਾਰਾ ਜੰਗ ਨਾ ਹੋਵੇ ਔਰ ਕੋਈ ਨਾ ਕੋਈ ਜਿਹੜਾ ਆਪਸੀ ਅੰਡਰਸਟੈਂਡ ਸੋ ਇਸ ਚੋਂ ਜਿਹੜੀ ਇਹ ਪਹਿਲੀ ਬਾਡੀ ਯੂਨਾਈਟਿਡ ਨੇਸ਼ਨਸ ਨਿਕਲੀ 1945 46 ਔਰ ਉਸ ਸਾਰੇ ਤੋਂ ਬਾਅਦ ਅਸੀਂ ਦੇਖਦੇ ਆ ਕਿ ਜਿਹੜਾ ਇਹ ਚਾਰਟਰ ਆਫ ਹਿਊਮਨ ਰਾਈਟਸ ਹੈ ਇਹ ਉਸ ਗੰਭੀਰ ਚਿੰਤਨ ਚੋਂ ਨਿਕਲਿਆ ਹੈ ਤਾਂ ਕਿ ਦੁਨੀਆ ਦੇ ਵਿੱਚ ਦੁਬਾਰਾ ਜਿਹੜੀ ਹੈ ਉਹ ਸੰਸਾਰ ਜੰਗ ਨਾ ਹੋਵੇ। ਇੱਕ ਗੱਲ ਪਾਵੇਂ ਦੁਨੀਆ ਦੇ ਵਿੱਚ ਅਸੀਂ ਇੰਟਰਨਲ ਸਟ੍ਰਾਈਫਸ ਤੇ ਥੱਲੇ ਕਰੋੜਾਂ ਲੋਕ ਮਾਰੇ ਗਏ ਨੇ ਜਿ ਕੋਈ ਸ਼ੱਕ ਨਹੀਂ ਉਹ ਕੋਰੀਆ ਹੋਏ, ਵਿਤਨਾਮ ਹੋਏ, ਸਾਊਥ ਦੇ ਵਿੱਚ ਨਿਕਾਰਾਗੂਆ ਹੋਏ, ਕੈਂਬੋਡੀਆ ਹੋਏ ਕਿਉ ਬਾ ਹੋਏ ਅਫਗਾਨਿਸਤਾਨ ਹੋਏ ਖਾਲਸਤਾਨ ਹੋਏ ਕਸ਼ਮੀਰ ਨਾਗਾਲੈਂਡ ਸਾਊਥ ਅਮਰੀਕਾ ਆਫਰੀਕਾ ਜਿੱਥੇ ਜਿੱਥੇ ਸਿਆਰਾ ਲਿਓਨ ਤੋਂ ਲੈ ਕੇ ਕਿੱਥੇ ਤੱਕ ਰਵੰਡਾ ਜਿੱਥੇ ਕਿ ਜਸਟ 20 ਸਾਲ ਪਹਿਲਾਂ ਮਿਲੀਅਨ ਲੋਕ ਮਾਰੇ ਗਏ ਪਰ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਯੂਨਾਈਟਿਡ ਨੇਸ਼ਨ ਔਰ ਮਿਡਲ ਈਸਟ ਸਾਰਾ ਜੀ ਫਲਸਤੀਨ ਔਰ ਜਿੱਥੇ ਅੱਗ ਲੱਗੀ ਹੋਈ ਹੈ ਪਰ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਕੋਈ ਵੀ ਤੀਸਰੀ ਸੰਸਾਰ ਜੰਗ ਨਹੀਂ ਹੋਈ ਕਿਉਂਕਿ ਜਿਹੜੀ ਤੀਸਰੀ ਸੰਸਾਰ ਜੰਗ ਦਾ ਮਤਲਬ ਹੋਏਗਾ ਨਿਊਕਲੀਅਰ ਇਹਦਾ ਮਤਲਬ ਹੋਏਗਾ ਉਸ ਸਮੇਂ ਦਾ ਕਰੋੜ ਜਿਹੀ ਡਿਵਾਈਸ ਸੀ ਅਮਰੀਕਾ ਨਾਲ ਕੋਲ ਜੀ ਜਦੋਂ ਇਹਨਾਂ ਨੇ ਹਿਰੋਸ਼ਿਮਾ ਨਾਗਾਸਾਕੀ ਤੇ ਸੁੱਟੇ ਨੇ ਹੁਣ ਤਾਂ ਫਾਈਨ ਡਿਲੀਵਰੀ ਸਿਸਟਮ ਹੈ ਮਿਜ਼ਾਈਲਾਂ ਦਾ ਉਦੋਂ ਤਾਂ ਦੋ ਸ਼ਹਿਰ ਹੀ ਸੀ ਹੁਣ ਤਾਂ ਇੱਕ ਪਾਸਿਓਂ ਦੂਜੇ ਸਿਰੇ ਤੱਕ ਹਰ ਇੱਕ ਨੇ ਹਰ ਦੇਸ਼ ਨੂੰ ਕਵਰ ਕੀਤਾ ਹੈ ਬਿਲਕੁਲ ਕਿ ਵੀ ਜੇ ਇੱਕੋ ਵੇਲੇ ਉਹ ਰੈੱਡ ਬਟਨ ਦਬਿਆ ਜਾਏ ਜਿਹੜਾ ਕਾਲੇ ਜੇ ਬਰੀਫਕੇਸ 'ਚ ਪ੍ਰੈਜ਼ੀਡੈਂਟ ਦੇ ਕੋਲ ਹੁੰਦਾ ਹੈ ਅਮਰੀਕਨ ਵੀ ਰਸ਼ੀਅਨ ਵੀ ਦੂਜਿਆਂ ਨੂੰ ਵੀ ਤੇ ਚਾਰ ਚਫੇਰੇ ਮੁੜ ਕੇ ਜਿਹੜਾ ਹਾਂ ਫਿਰ ਉਹ ਕਈ ਵਾਰ ਪਸਰੋ ਪਸਾਰਾਂ ਗਏ ਪਸਾਰਾ ਵੀ ਜਿਹੜਾ ਇਹ ਸਮਟ ਜਾਏਗਾ ਲੇਕਿਨ ਇਸ ਸਾਰੇ ਚੋਂ ਜਿਹੜਾ ਇਹ ਹਿਊਮਨ ਰਾਈਟਸ ਦਾ ਚਾਰਟਰ ਨਿਕਲਿਆ ਜਿਹਨੇ ਘੱਟੋ ਘਾਟ 69 ਸਾਲ ਇਸ ਗੱਲ ਨੂੰ ਜਿਹੜਾ ਉਹ ਹੋਲਡ ਵੀ ਕੀਤਾ ਇਹਦੇ ਚੋਂ ਹੁਣ ਜਿਵੇਂ ਮੈਂ ਕਿਹਾ ਵੀ 193 ਦੇਸ਼ ਮੈਂਬਰ ਨੇ ਯੂਨ ਸਿਕਿਉਰਿਟੀ ਕੌਂਸਲ ਬਣੀ ਪੰਜ ਵੀਟੋ ਪਾਵਰ ਵੀਲਡਿੰਗ ਮੈਂਬਰਸ ਬਣੇ ਔਰ ਇਸ ਸਾਰੇ ਚੋਂ ਔਰ ਉਹਦੇ ਚ ਕਿਉਂ ਲੋੜ ਪਈ ਜਿਹਦੇ ਚ ਕਿ ਉਹਨਾਂ ਨੇ ਕਿਹਾ ਪ੍ਰੀਐਂਬਲ ਚ whereas recognition of the inherent dignity and the equal and inalienable rights of all members of the human family is the foundation of freedom justice and peace in the world ke bhai sab barabari aur har human family insani jat manus ki jat sab ekai pehchan bo e asal de vich azadi nya justice insaaf aur shanti जड़ और जो बिल्कुल ठीक है और जो भी गल फ्रीडम जस्टिस है फिर पीस है और जे कहो के पीस विदाउट जस्टिस है नो मीने। नो मीने। जे इंसाफ नहीं है पीस नहीं तो फिर मालिक नौकर दी पीस है सो जहर है इनजस्टिस है और इसलिए तो मार्टिन लुथर किंग ना कोट कर दस्टिस एनीवेयर इज दू जस्टिस एवरीवेयर So basic part, whereas a whereas disregard and contempt for human rights have resulted in barbarous acts which have outraged the conscience of mankind, and the advent of a world in which human beings shall enjoy freedom of speech and belief, and freedom from fear and want has been proclaimed as the highest aspiration of the common peoples. ਇਹ ਜ਼ਾਹਰ ਹੈ ਕਿ ਜਦੋਂ ਕੇ ਜਦੋਂ ਮਨੁੱਖੀ ਹੱਕਾਂ ਦੇ ਲਈ ਕੰਟੈਂਪਟ ਕਰਨਾ ਹੁੰਦੀ ਹੈ ਔਰ ਜ਼ਾਲਮਾਨਾ ਬਾਰਬਰਸ ਐਕਟਸ ਹੁੰਦੇ ਨੇ ਔਰ ਇਹ ਇਨਸਾਨੀਅਤ ਦੀ ਜ਼ਮੀਰ ਨੂੰ ਜਿਹੜਾ ਉਹ ਬੇਜ਼ਮੀਰਾ ਬਣਾ ਦਿੰਦੇ ਨੇ ਔਰ ਉਸ ਸਾਰੇ ਚੋਂ ਫਿਰ ਜਿਹੜੇ ਮੁੱਢਲੇ ਹੱਕ ਨੇ ਸਪੀਚ ਦੇ ਔਰ ਤੁਹਾਡੇ ਫੇਥ ਦੇ ਔਰ ਫਰੀडम ਫ্রম ਫੀਅਰ ਇਹ ਕੁਚਲੇ ਜਾਂਦੇ ਨੇ ਪਰ ਇਸ ਤੋਂ ਅਗਲਾ ਬੜਾ ਇੰਪੋਰਟੈਂਟ ਹੈ ਉਹ ਨੂੰ ਮੈਂ ਕੋਟ ਕਰਦਾ ਹੁੰਨਾ ਪਰ ਇੱਕ ਲਾਈਨ ਉਹਦੀ ਮੈਂ ਹਮੇਸ਼ਾ ਮਿਸ ਕਰ ਦਿੰਦਾ ਹਾਂ ਕੋਟ ਕਰਨ ਲੱਗੇ ਜਿਹੜਾ ਫਿਰ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਜੇ ਤੁਸੀਂ ਮਨੁੱਖੀ ਹੱਕਾਂ ਨੂੰ ਕੁਚਲੋਗੇ ਜੀ ਇਨਸਾਫ ਨਹੀਂ ਦਿਓਗੇ ਜਾਂ ਕੋਈ ਬਾਰਬੇਰਸ ਰਜਿਮ ਦੂਸਰਿਆਂ ਦੇ ਉੱਤੇ ਹਾਵੀ ਹੋਏਗਾ ਫਿਰ ਕੀ ਹੋਏਗਾ ਵੇਅਰ ਐਜ਼ ਇਟ ਇਜ਼ ਐਸੈਂਸ਼ੀਅਲ if man is not to be compelled to have recourse as a last resort to rebellion against tyranny and oppression that human right should be protected by the rule of the law hun jadon main eh padda hai ta ikdam mera dhyan zafarnama patshahi 10th wal janda hai jida ki ohna ne 10th patshaane aurangzeb nu mukhatab ho ke likhya si ke chungkar z hama hilte darguzast halal ast ਬੁਰਦਨ ਬਾ ਸ਼ਮਸ਼ੀਰੇ ਦਸਤ ਕਿ ਹੋਵੇ ਕਮ ਨਾ ਪੂਰਾ ਜੇਕਰ ਹਿਲੇ ਕਰ ਥੱਕ ਜਾਈਏ ਹੈ ਹਲਾਲ ਨਾਲ ਤਲਵਾਰਾਂ ਹੱਥੀ ਫੜਫੜਵਾਈ ਕਿ ਜੇ ਇਨਸਾਫ ਲੈਣ ਲਈ ਹੋਰ ਸਾਰੇ ਦਰਵਾਜ਼ੇ ਬੰਦ ਹੋ ਜਾਣ ਤੇ ਫੇਰ ਤਲਵਾਰ ਨੂੰ ਹੱਥ ਚ ਲੈਣਾ ਇਹ ਰੱਬ ਦੇ ਬੰਦਿਆਂ ਦਾ ਕੰਮ ਹੁੰਦਾ ਔਰ ਇਹ ਐਗਜ਼ੈਕਟਲੀ ਦੀ ਟ੍ਰਾਂਸਲੇਸ਼ਨ ਹੈ ਵੇਅਰ ਐਜ਼ ਇਟ ਇਜ਼ ਐਸੈਂਸ਼ੀਅਲ ਕਿ ਇਹ ਜ਼ਰੂਰੀ ਹੈ ਜਦੋਂ ਕਿ ਇਫ ਮੈਨ ਇਜ਼ ਨੋਟ ਟੂ ਬੀ ਕੰਪੈਲਡ ਟੂ ਹੈਵ ਰੀਕੋਰਸ ਐਜ਼ ਅ ਲਾਸਟ ਰੈਜ਼ੋਰਟ ਟੂ ਰਿਬੈਲਿਅਨ ਕਿ ਜੇ ਕਿਸੇ ਮਨੁੱਖ ਨੂੰ ਉਸ ਦੇ ਅਖੀਰਲੇ ਉਸ ਪਲ ਤੱਕ ਨਾ ਧੱਕ ਦਿੱਤਾ ਜਾਏ ਜਿਸ ਕਿ ਉਹ ਬਗਾਵਤ ਦੇ ਰਸਤੇ ਤੇ ਆਏ ਬਗਾਵਤ ਕਿਸ ਲਈ ਅਗੇਂਸਟ ਟਿਰਨੀ ਐਂਡ ਅਪ੍ਰੈਸ਼ਨ ਕਿ ਜਦੋਂ ਜ਼ੁਲਮ ਹੋ ਰਿਹਾ ਜਦੋਂ ਉਹਨੂੰ ਕੁਚਲਿਆ ਜਾ ਰਿਹਾ ਦਬਾਇਆ ਜਾ ਰਿਹਾ that human right should be protected by the rule of the law ke je rule of the law nahi hovega ji manukhi hakkan di protection nahi hovegi to fir manukh akhirle hathyar de taur te as a last resort jada oh bagawat de raste te turega aur is to agge vi unhan ne whereas whereas keh ke aur jada bhumika nu set kita aur fir eh jade sare ne inna de naal jade hai oh shuru ho jande ne ਔਰ ਪਹਿਲਾ ਆਰਟੀਕਲ ਜੇ ਅਮਰੀਕਾ ਦੀ ਡੈਕਲਰੇਸ਼ਨ ਆਫ ਇੰਡੀਪੈਂਡੈਂਸ ਕਿ ਆਲ ਆਰ ਬੋਰਨ ਆਲ men are born equal ਬਰਾਬਰੀ ਦੀ ਗੱਲ ਤੇ ਆਰਟੀਕਲ ਪਹਿਲਾ ਹੈ ਪ੍ਰੀਐਮਬਲ ਜਦੋਂ ਮੁਖੜਾ ਹੋਰ ਵੀ ਤਿੰਨ ਚਾਰ ਮੈਂ ਘੜੀਵਾਲ ਦੇਖ ਰਹੇ ਜੀ ਆਲ ਹਿਊਮਨ ਬੀਇੰਗਸ ਆਰ ਬੋਰਨ ਫਰੀ ਐਂਡ ਇਕੁਅਲ ਇਨ ਡਿਗਨਿਟੀ ਐਂਡ ਰਾਈਟਸ ਕਿ ਸਾਰੇ ਮਨੁੱਖੀ ਨਸਲ ਆਮੇ ਉਹ ইস্ট ਤੇ ਹੈ ਵੈਸਟ ਤੇ ਹੈ ਨਾਰਥ ਤੇ ਹੈ ਸਾਊਥ ਤੇ ਹੈ ਉਹ ਫਰੀ ਉਹ ਆਜ਼ਾਦ ਪੈਦਾ ਹੋਏ ਨੇ ਬਰਾਬਰ ਇਕਵੈਲਟੀ ਸਮਾਨਤਾ ਡਿਗਨਿਟੀ ਐਂਡ ਰਾਈਟਸ ਔਰ ਉਹਨਾਂ ਦਾ ਸਵੈਮਾਨ ਉਹਨਾਂ ਦੇ ਹੱਕ ਇਕੋ ਜੇ ਨੇ ਕੋਈ ਉੱਚਾ ਨੀਵਾ ਨਹੀਂ ਜੀ ਸਭ ਇਕ ਬਰਾਬਰ ਨੇ ਔਰ ਇਹ ਉਹ ਇਹੀ கான்ਸੈਪਟ ਹੈ ਜਦੋਂ ਅਸੀਂ ਸਿੱਖ ਥੀਓਲੋਜੀ ਦੀ ਗੱਲ ਕਰਦੇ ਤੋ ਇੱਕ ਪਿਤਾ ਇੱਕ ਉਸਕੇ ਹੰਬਾਰਕ ਔਰ ਇੱਕੋ ਦੇ ਪਿਤਾ ਸਾਰੇ ਜਿਹੜੇ ਨੇ ਖਾਲਕ ਖਲਕ ਖਲਕ ਮੈਂ ਖਾਲਕ ਕਿ ਉਹ ਇਹ فرمایا ਲੇਕਿਨ ਇਸ ਦੇ ਨਾਲ ਹੈ ਕਿ ਇਹ ਬਰਾਬਰੀ ਦੀ ਗੱਲ ਹੈ ਕਿ ਉਹ ਸਾਰੇ ਜਿਹੜੇ ਨੇ ਮਾਟੀ ਇੱਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰ ਕਿ ਇਹ ਸਾਰੇ ਹੀ ਇੱਕੋ ਹੀ ਮਿੱਟੀ ਦੇ ਭਾਂਡੇ ਨੇ ਇਹਨਾਂ ਦੇ ਵਿੱਚ ਕੋਈ ਉੱਚਾ ਨੀਵਾਂ ਨਹੀਂ ਹੈ ਦੇ ਆਰ ਇੰਡੋਰਡ ਵਿਦ ਰੀਜ਼ਨ ਐਂਡ ਕੌਨਸ਼ੀਅੰਸ ਐਂਡ ਸ਼ੁੱਡ ਐਕਟ ਟੁਵਰਡਸ ਵਨ ਅਨਦਰ ਇਨ ਅ ਸਪਿਰਿਟ ਆਫ ਬ੍ਰਦਰਹੂਡ ਜਬ ਇਹ ਜਿਹੜੇ ਨੇ ਉਹਨਾਂ ਦੀ ਆਪਣੀ ਉਹਨਾਂ ਨੂੰ ਰੀਜ਼ਨ ਦਿੱਤਾ ਹੈ ਲੌਜੀਕ ਹੈ ਉਹਨਾਂ ਦੇ ਵਿੱਚ ਤਰਕ ਹੈ ਜੀ ਉਹਨਾਂ ਦੇ ਵਿੱਚ ਜ਼ਮੀਰ ਹੈ ਕੌਨਸ਼ੀਅਸ ਹੈ ਔਰ ਇੱਕ ਦੂਸਰੇ ਦੇ ਨਾਲ ਉਹ ਇਵੇਂ ਹੀ ਬਿਹੇਵ ਕਰਨ ਇਨਸਾਨ ਇਨਸਾਨ ਦੇ ਵਨ ਲਾਈਕ ਅ ਬ੍ਰਦਰ ਇੱਕ ਪਿਤਾ ਇੱਕ ਸਕੇ ਹਮਬਾਰਕ ਸੋ ਇਹ ਜਦੋਂ ਅਸੀਂ ਥੀਓਲੋਜੀ ਦੀ ਗੱਲ ਕਰਦੇ ਆ ਕਿ ਭਾਈ ਕਿਵੇਂ ਸਿੱਖ ਥੀਓਲੋਜੀ ਸਿੱਖ ਫਲਸਫੀ ਹੀ ਇਨਫੈਕਟ ਅ ਮੈਂ ਅੱਗੇ ਵੀ ਇਹ ਕਹਿਆ ਸੀ ਕਈ ਵਾਰ ਕਹਣਗੇ ਜੀ ਦੁਨੀਆ 'ਚ ਕੋਈ ਕਹੇਗਾ 96 ਕਰੋੜੀ ਖਾਲਸਾ ਹੋਏਗਾ ਕੋਈ ਕਹਾਂ ਜੀ ਦੁਨੀਆ ਸਾਰੀ ਸਿੱਖ ਬਣ ਜਾਏਗੀ ਮੈਂ ਕਹਾਂ ਜੀ ਅਸੀਂ ਹੁਣ ਆਪਣੀ ਪੰਜ ਕਕਾਰੀ ਰੂਪ ਨੂੰ ਜਿਹੜਾ ਉਹ ਜੱਗ ਦੇ ਵਿੱਚ ਉਸ ਖੁਸ਼ਬੂਦਾਰ ਫਰੇਗਰੈਂਸ ਵਾਲੇ ਇਨਸਾਨ ਦੇ ਤੌਰ ਤੇ ਪ੍ਰੈਜ਼ੈਂਟ ਕਰਨਾ ਬਾਕੀ ਹੈ ਅਦਰਵਾਈਜ਼ ਜਿਹੜੀ ਸਿੱਖ ਫਿਲਾਸਫੀ ਹੈ ਸਿੱਖ ਥੀਓਲੋਜੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਿਧਾਂਤ ਹੈ ਸਾਡੇ ਇਤਿਹਾਸ ਦਾ ਸਿਧਾਂਤ ਹੈ ਉਹ ਤੋਂ ਆਲਰੇਡੀ ਜਿਹੜਾ ਯੂਨਾਈਟਿਡ ਨੇਸ਼ਨਸ ਦੇ ਚਾਰਟਰ ਚ ਮੰਨਿਆ ਜਾ ਕੇ ਦੁਨੀਆ ਚ ਆਲਰੇਡੀ ਜਿਸ ਗੱਲ ਨੂੰ ਇਹਨਾਂ ਤੇ ਬੇਸ ਜਿਹੜੇ ਫਿਰ ਬਿਲ ਆਫ ਰਾਈਟਸ ਦੀ ਗੱਲ ਸੀ ਅਮਰੀਕਨ ਕਨਸਟੀਟਿਊਸ਼ਨ ਦੇ ਹਵਾਲੇ ਨਾਲ ਕਰਦੇ ਇੰਟਰਨੈਸ਼ਨਲ ਕੋਵਨੈਂਟਸ ਦੇ ਬਿਲ ਆਫ ਰਾਈਟਸ ਦੀ ਗੱਲ ਕਰਦੇ ਔਰ ਉਸ ਸਾਰੇ ਚ ਫਿਰ ਇੰਟਰਨੈਸ਼ਨਲ ਲਾ ਦੀ ਗੱਲ ਕਰਦੇ ਔਰ ਯੂਨ ਚਾਰਟਰ ਪੜ ਲਓ ਤੁਹਾਨੂੰ ਕਿਤੇ ਵੀ ਕੋਈ ਲਾਈਨ ਐਵੇਂ ਨਹੀਂ ਲੱਗਦੀ ਕਿ ਵੀ ਇਹ ਸਿੱਖ ਧਰਮ ਦੀ ਫਿਲਾਸਫੀ ਦੀ ਇੰਟਰਪ੍ਰੀਟੇਸ਼ਨ ਨਾ ਹੋਵੇ ਸੋ ਜ਼ਾਹਰ ਹੈ ਕਿ ਵੀ ਇਹ ਅ ਉਹਦੇ ਚੁਣਾ ਨੇ ਬੜਾ ਕਲੀਅਰ ਕੀਤਾ ਹੈ ਕਿ ਵੀ ਇਹ ਜਿਹੜਾ एवरीवन ਇਜ਼ ਐਨਟਾਈਟਲ ਟੂ ਆਰਟੀਕਲ 2 ਟੂ ਆਲ ਦਾ ਰਾਈਟਸ ਐਂਡ ਫਰੀडम ਸੈਟ ਫੋਰਥ ਇਨ ਥਿਸ ਡੈਕਲੇਰੇਸ਼ਨ ਵਿਦਾਊਟ ਡਿਸਟਿੰਕਸ਼ਨ ਆਫ ਐਨੀ ਕਾਈਂਡ ਸਚ ਐਜ਼ ਰੇਸ ਕਲਰ ਸੈਕਸ ਲੈਂਗੁਏਜ ਰਿਲੀਜੀਅਨ ਪੋਲੀਟਿਕਲ অর ਅਦਰ opinion ਨੈਸ਼ਨਲ অর ਸੋਸ਼ਲ origin ਪ੍ਰੋਪਰਲੀ ਬਰਥ অর ਅਦਰ ਸਟੇਟ ਸਟੇਟਸ furthermore no distinction shall be made on the basis of political jurisdictional or international status of the country or territory to which a person belongs whether it be independent trust non self governing or under any uh, limitation of sovereignty so a almost jada charter of rights hai kul idech jada oh 30 article ne aur akhire article de vich ohna ne keha nothing in this declaration may be interpreted as implying for any state group or person any right to engage in act any activity or to perform any act aimed at the destruction of any of the rights and freedom set forth there un keh gaya je ik kise group da layi nahi hai eh universal unhane ik jehda parameter de thalle ik unhane road map rakh ditta hai aur us sare sujave mein kya hai ਇਹ ਚਾਰਟਰ ਆਫ ਹਿਊਮਨ ਰਾਈਟਸ ਨੂੰ ਜਿਹੜਾ ਉਦੋਂ ਕੁਝ ਨੇ ਦਸਕਤ ਕੀਤੇ ਕੁਝ ਨੇ ਫੇਰ ਕੀਤੇ ਪਰ ਇਹਨੂੰ ਅਸਲੀ ਦੰਦ ਮਿਲੇ ਅੱਜ ਤੋਂ 50 ਸਾਲ ਪਹਿਲਾਂ ਜਦੋਂ ਕਿ ਇੰਟਰਨੈਸ਼ਨਲ ਕੋਵਨੈਂਟ ਔਨ ਸਿਵਲ ਐਂਡ ਪੋਲੀਟੀਕਲ ਰਾਈਟਸ ਔਰ ਇੰਟਰਨੈਸ਼ਨਲ ਕੋਵਨੈਂਟ ਔਨ ਇਕਨੋਮਿਕ ਸੋਸ਼ਲ ਐਂਡ ਕਲਚਰਲ ਰਾਈਟਸ ਜਿਹੜੇ ਨੇ ਇਹ ਪਾਸ ਹੋਏ ਔਰ ਇਹਨੂੰ ਜਿਹੜਾ 16 ਦਸੰਬਰ 1966 ਨੂੰ ਪਾਸ ਹੋਏ ਔਰ ਐਂਟਰੀ ਇੰਟੂ ਦਾ ਫੋਰਸ 23 ਮਾਰਚ 1976 ਇਨ ਅਕੋਰਡਿੰਗਸ ਵਿਦ ਆਰਟੀਕਲ 49 ਹੁਣ ਇਹਦੇ ਚ ਇੱਕ ਪਾਸੇ ਚਾਰਟਰ ਦਾ ਪ੍ਰੀਐਮਬਲ ਸੀ ਭੂਮਿਕਾ ਸੀ ਜੀ ਦੂਸਰੇ ਪਾਸੇ ਉਹਨਾਂ ਨੇ ਜਦੋਂ ਇਹ ਦੋਨੋਂ ਕੋਵਨੈਂਟ ਕਿ ਜਿਹੜਾ ਇਹ ਤਾਂ ਇਕੱਲੇ ਇਹ ਤਾਂ ਡੈਕਲੇਰੇਸ਼ਨ ਸੀ ਜਿਵੇਂ ਤੁਸੀਂ ਇੱਕ ਡਾਇਰੈਕਟਿਵ ਪ੍ਰਿੰਸੀਪਲਸ ਦਿੰਦੇ ਹੋ ਇਹ ਐਜ਼ ਅ ਫਰਦਰ ਉਹਨੂੰ ਸਟਰੈਂਥਨ ਕੀਤਾ ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਵੀ ਦਾ ਸਟੇਟਸ ਪਾਰਟੀਆਂ ਟੂ ਦਾ ਪ੍ਰੈਜ਼ੈਂਟ ਕੋਵਨੈਂਟ ਕਿ ਇਹ ਸਟੇਟਸ ਦੇ ਸਾਰੇ ਕਨਸਿਡਰਿੰਗ That in accordance with principles proclaimed in the Charter of United Nations, the recognition of the inherent dignity and the equal and inalienable rights of all members of human family is the foundation of freedom, justice, and peace in the world. Charter of Human Rights, recognizing that these rights derive from the inherent dignity of the human person. ਔਰ ਇਸ ਸਾਰੇ ਨੂੰ ਭੂਮਿਕਾ ਨੂੰ ਕਹਿਣ ਤੋਂ ਬਾਅਦ ਜਿਹੜਾ ਆਰਟੀਕਲ 1 ਹੈ ਇਸ ਕੋਵਨੈਂਟ ਦਾ ਜਦੋਂ ਅਸੀਂ ਚਾਰਟਰ ਦੀ ਗੱਲ ਇਨ ਜਨਰਲ ਹੈ ਪਰ ਜਦੋਂ ਅਸੀਂ ਹੁਣ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦੇ ਅਸੀਂ ਕਹਿੰਦੇ ਜੀ ਸਿੱਖਾਂ ਨੂੰ ਸਵੈ ਨਿਰਣੇ ਦਾ ਹੱਕ ਹੋਣਾ ਚਾਹੀਦਾ ਸੋ ਇਹ ਜਿਹੜਾ ਇੰਟਰਨੈਸ਼ਨਲ ਕੋਵਨੈਂਟ ਔਨ ਸਿਵਲ ਐਂਡ ਪੋਲਿਟੀਕਲ ਰਾਈਟਸ ਦਾ ਆਰਟੀਕਲ ਪਹਿਲਾ ਆਰਟੀਕਲ 1 ਜੀ ਆਲ ਪੀਪਲਸ ਹੈਵ ਦਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਬਾਏ ਵਰਚੂ ਆਫ ਥੈਟ ਰਾਈਟ they freely determine their political status and freely pursue their economic social and cultural development all peoples have the right of self determination period ke sare lokan nu on this earth swayan nirnay de haq nu istemal karan da haq hai unhanu haq hai ki apni kismat aap karan da faisla kar sakn ji ਬਾਈ ਵਰਚੂ ਆਫ ਥੈਟ ਰਾਈਟ ਕਿਉਂਕਿ ਉਹ ਇਨ ਇਲੀਨੇਬਲ ਰਾਈਟ ਹੈ ਇਨਹੇਰੈਂਟ ਚਾਰਟਰ ਦੇ ਵਿੱਚ ਹੈ ਔਰ ਇਹਨੂੰ ਇਹ ਜਿਹੜੀ ਜਿਹੜੀ ਇੰਟਰਨੈਸ਼ਨਲ ਕਨਵਨੈਂਟ ਹੈ ਉਹਨੂੰ ਰੀਇਨਫੋਰਸ ਕਰਦੀ ਹੈ ਉਹਨਾਂ ਨੇ ਕਿਹਾ ਬਾਈ ਵਰਚੂ ਆਫ ਥੈਟ ਰਾਈਟ ਦੇ ਫ੍ਰੀਲੀ ਡਿਟਰਮਾਈਨ देयर politcal ਸਟੇਟਸ ਉਹਨਾਂ ਨੇ ਸਿਆਸੀ ਤੌਰ ਤੇ ਕਿਸ ਢਾਂਚੇ ਚ ਰਹਿਣਾ ਹੈ ਕਿਹਦੇ ਨਾਲ ਰਹਿਣਾ ਹੈ ਕਿਦੇ ਤੋਂ ਅੱਡ ਜਾਣਾ ਹੈ ਇਹ ਉਸ ਹੱਕ ਦਾ ਵਰਤੋਂ ਕਰਕੇ ਐਂਡ ਫ੍ਰੀਲੀ ਪਰਸਿਊ देयर ਇਕਨੋਮਿਕ ਸੋਸ਼ਲ ਐਂਡ ਕਲਚਰਲ ਡਿਵੈਲਪਮੈਂਟ ਕਿ ਉਹਨਾਂ ਨੂੰ ਇਹ ਬਿਲਕੁਲ ਆਜ਼ਾਦਾਨਾ ਤੌਰ ਤੇ ਉਹ ਆਪਣੇ ਆਰਥਿਕ ਅੱਜ ਸਾਡੀ ਆਰਥਿਕਤਾ ਪੰਜਾਬ ਦੀ ਸੈਂਟਰ ਦੇ ਕੋਲ ਪਾਣੀਆਂ ਦਾ ਕੰਟਰੋਲ ਉਹਨਾਂ ਦੇ ਕੋਲ ਕਣਕਾਂ ਦਾ ਭਾਅ ਉਹਨਾਂ ਨੇ ਮਿੱਥਣਾ ਰੋਜ਼ ਕਿਸਾਨ ਸੁਸਾਇਸਾਈਡ ਕਰ ਰਹੇ ਨੇ ਕਿਉਂਕਿ ਇਹ ਹੀ ਨਹੀਂ ਕਿ ਸਾਡੇ ਪੋਲਿਟਿਕਲ ਹੱਕ ਉੱਥੇ ਖੋਲੇ ਗਏ ਨੇ ਸਾਡਾ ਆਰਥਿਕ ਆਰਥਿਕ ਜਿਹੜਾ ਔਰ ਇਥੇ ਇਕਨੋਮਿਕਲ ਸੋਸ਼ਲ ਸਮਾਜਿਕ ਤੌਰ ਤੇ ਤੁਹਾਡੇ ਬੱਚੇ ਹਿੰਦੀ ਬੋਲਣ ਤੇ ਮਜਬੂਰ ਨੇ ਸਕੂਲਾਂ ਚ ਤੁਹਾਨੂੰ ਸਮਾਜਿਕ ਤੌਰ ਦੇ ਉੱਤੇ ਉਹਨਾਂ ਨੇ ਮੀਡੀਆ ਉਹਨਾਂ ਦੇ ਕੋਲ ਫਿਲਮਾਂ ਨੇ ਉਹ ਤੁਹਾਨੂੰ ਜੋਕ ਜੋਕਰ ਬਣਾ ਕੇ ਤੁਹਾਨੂੰ ਉਹਨਾਂ ਨੇ ਪੇਸ਼ ਕੀਤੇ ਔਰ ਕਲਚਰਲ ਡਿਵੈਲਪਮੈਂਟ ਕਲਚਰ ਤਾਂ ਜਿਹੜਾ ਅੱਜ ਸੱਭਿਆਚਾਰ ਦੇ ਨਾਂ ਥੱਲੇ ਲਚਰਚਾਰ ਹੀ ਰਹਿ ਗਿਆ ਔਰ ਕਲਚਰ ਦੇ ਨਾਂ ਥੱਲੇ ਕੀ ਚੱਲ ਰਿਹਾ ਮੈਂ ਉਹ ਜੇ ਸ਼ਬਦ ਕਹਾਂ ਤੇ ਸ਼ਾਇਦ ਬਹੁਤਿਆਂ ਨੂੰ ਚੰਗਾ ਨਾ ਲੱਗੇ ਸੋ ਇਹ ਹੈ ਜਦੋਂ ਗੁਲਾਮੀ ਦੀ ਗੱਲ ਹੈ ਤੇ ਉਹਦੇ ਵਿੱਚ ਉਹਦੀ ਆਜ਼ਾਦੀ ਸਿਰਫ ਪੋਲੀਟੀਕਲੀ ਨਹੀਂ ਹੈ ਕਿ ਜੀ ਇੱਕ ਦੇਸ਼ ਤੁਹਾਡਾ ਜਿੱਥੇ ਇੱਕ ਪੱਗ ਵਾਲਾ ਹੈੱਡ ਆਫ ਦਾ ਸਟੇਟ ਹੋਏ ਉਹ ਤਾਂ ਮਨਮੋਹਨ ਸਿੰਘ ਵੀ 10 ਸਾਲ ਰਿਹਾ ਪਹਿਲਾਂ ਵੀ ਸੀ ਹੁਣ ਵੀ ਵੱਡਾ ਪੰਗੜ ਬੰਨਿਆ ਹੁੰਦਾ ਇਹਨੇ ਕੈਪਟਨ ਨੇ 2 ਘੰਟੇ ਸ਼ੀਸ਼ੇ ਦੇ ਸਾਹਮਣੇ ਖਲੋਤਾ ਰਹਿੰਦਾ ਬੰਨਣਾ ਔਰ ਇਹਨਾਂ ਦੇ ਵਡੇਰੇ ਵੀ ਉਹਨਾਂ ਦੇ ਪੱਗ ਬੰਨਣ ਵਾਲੇ ਹੋਰ ਹੁਣ ਵੀ ਇਹ ਵੀ ਪਤਾ ਨਹੀਂ ਆਪ ਬੰਨਦਾ કે ਕੋਈ ਬੰਨਦਾ ਇਹਦੇ ਸਿਰ ਤੇ ਨਹੀਂ ਹੁਣ ਤੇ ਜਾਂਚ ਆ ਗਈ ਆਣੀ ਹਾਂਜੀ ਨਹੀਂ ਇਹ ਇਹ ਵੀ ਮਹਾਰਾਜਗੀ ਸੀ ਕਿ ਪੱਗ ਕੋਈ ਬੰਨੇ ਤੁਹਾਡੇ ਸਿਰ ਤੇ ਠੀਕ ਹੈ ਨਾਲ ਸੋ ਕੁੱਲ ਬਣਾ ਕੁੱਲ ਮਿਲਾ ਕੇ ਜਦੋਂ ਇਹ ਇਸ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਹੈ ਤੇ ਉਹਦੇ ਨਾਲ ਉਹਨਾਂ ਨੇ ਇਕਨੋਮਿਕਲ ਸੋਸ਼ਲ ਕਲਚਰਲ ਔਰ ਜਿਹੜਾ ਫਿਰ ਦੂਸਰਾ ਕਾਵਨੈਂਟ ਹੈ ਇੰਟਰਨੈਸ਼ਨਲ ਕਾਵਨੈਂਟ ਔਨ ਇਕਨੋਮਿਕ ਸੋਸ਼ਲ ਐਂਡ ਕਲਚਰਲ ਰਾਈਟਸ ਉਹਦੇ ਚ ਵੀ ਉਹਨਾਂ ਨੇ ਇਹੀ ਆਰਟੀਕਲ 1 ਇਹਦਾ ਵੀ ਹੈ ਕਿ 올 ਪੀਪਲ हैव द राइट ऑफ सेल्फ ਡਿਟਰਮੀਨੇਸ਼ਨ ਸੋ ਕੁਲ ਮਿਲਾ ਕੇ ਇਹ ਯੂਨ ਦਾ ਚਾਰਟਰ ਸਿੱਖ ਫਿਲਾਸਫੀ ਸਿੱਖ ਇਤਿਹਾਸ ਦੀ ਗੱਲ ਕਰਦੇ ਆ ਮੈਂ ਸਮਝਦੇ ਆਂ ਵੀ ਅਜਦੇ ਦਿਨ ਜੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੀ ਗੱਲ ਨਾ ਕਰੀਏ ਤੇ ਇਸ ਨਾਲ ਮਨੁੱਖੀ ਹੱਕਾਂ ਦਾ ਚੈਪਟਰ ਕਦੇ ਮੁਕੰਮਲ ਹੀ ਨਹੀਂ ਹੋ ਸਕਦਾ ਕਿਉਂਕਿ ਆਪੋ ਆਪਣੇ ਧਾਰਮਿਕ ਹੱਕ ਦੇ ਲਈ ਹਰ ਇੱਕ ਨੇ ਕੁਰਬਾਨੀ ਦਿੱਤੀ ਹੈ ਜੀ ਸਾਡੇ ਮਨੁੱਖੀ ਇਤਿਹਾਸ ਜਿੰਨੇ ਮਜ਼ਬ ਨੇ ਉਹਨਾਂ ਕੋਲ ਸ਼ਹੀਦ ਨੇ ਪੈਗੰਬਰ ਨੇ ਦੂਸਰੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਕਿ ਐਸੀ ਸ਼ਹਾਦਤ ਹੈ ਜਿਹੜੀ ਮਨੁੱਖੀ ਹੱਕਾਂ ਔਰ 1675 ਚ ਹੋਣਾ ਲਗਭਗ 350 ਸਾਲ ਪਹਿਲਾਂ ਔਰ ਐਸੀ ਸ਼ਹਾਦਤ ਜਿਹੜੇ ਆਪਣੀ ਧਾਰਮਿਕ ਆਜ਼ਾਦੀ ਲਈ ਨਹੀਂ ਕਿਸੇ ਹੋਰ ਹੁਣ ਇਹ ਵੀ ਕਹਿਣਾ ਕਿ ਜੀ ਉਹ ਹਿੰਦੂਆਂ ਲਈ ਹੈ ਇਹ ਵੀ ਨਹੀਂ ਹੈ ਵੀ ਗਲਤ ਸਟੇਟਮੈਂਟ ਲੋਸੀ ਹਿੰਦੂਆਂ ਦੇ ਲਈ ਕਹਿੰਦੇ ਆ ਜਾਂ ਹਿੰਦੂ ਧਰਮ ਲਈ ਕਹਿੰਦੇ ਆ ਅਸੀਂ ਉਸ ਸ਼ਹਾਦਤ ਨੂੰ ਇੱਕ ਜੀਓਗ੍ਰਾਫੀਕਲ ਖੇਤੇ ਚ ਕਰ ਦਿੰਨੇ ਔਰ ਜੇ ਸੈਨਾਪਤੀ ਬੂਨਜਾ ਕਵੀਆਂ ਚੋਂ ਸੀ ਉਸ ਵੇਲੇ ਦੇ ਕਿ ਭਾਈ ਤੇਗ ਬਹਾਦਰ ਜਿਹੜੇ ਨੇ ਉਹ ਸਗਲ ਸ੍ਰਿਸ਼ਟ ਦੀ ਚਾਦਰ ਨੇ ਧਰਮ ਦੀ ਚਾਦਰ ਨੇ ਜਦੋਂ ਧਰਮ ਦੀ ਰਾਈਟਿਅਸਨੈਸ ਦੀ ਗੱਲ ਹੈ ਸਾਰੀ ਸ੍ਰਿਸ਼ਟੀ ਦੀ ਗੱਲ ਹੈ ਤਿਲਕ ਜੰਜੂ ਸਿੱਖੀ ਦਾ ਚਿੰਨ੍ਹ ਨਹੀਂ ਨੇ ਪਰ ਜਦੋਂ ਵੇੜੇ ਦੀ ਹਕੂਮਤ ਜ਼ਬਰਦਸਤੀ ਜੀ ਉਹ ਕਰਦੀ ਏ ਤੇ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਨੇ ਤਿਲਕ ਜੰਜੂ ਰਾਖਾ ਪ੍ਰਭ ਤਾੰਕਾ ਉਹਨਾਂ ਦਾ ਹਿੰਦੂਆਂ ਦਾ ਕਿੱਥੇ ਗੁਰੂ ਨਾਨਕ ਸਾਹਿਬ ਪੰਡਤ ਦਾ ਹੱਥ ਫੜ ਲੈਂਦੇ ਨੇ ਕਿ ਇਹ ਜਬਰੀ ਨਹੀਂ ਪੋਣਾ ਹੈ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਔਰੰਗਜ਼ੇਬ ਦਾ ਹੱਥ ਫੜ ਲੈਂਦੇ ਨੇ ਵੀ ਨਹੀਂ ਜਬਰੀ ਨਹੀਂ ਲੋੜ ਇਹ ਇਹ ਜ਼ੋਰ ਦਾ ਕੰਮ ਨਹੀਂ ਹੈ ਇਹ ਫੇਥ ਤੁਹਾਡਾ ਇੱਕ ਆਪਣਾ ਹੱਕ ਹੈ ਔਰ ਇਹ ਜਿਹੜੀ ਸ਼ਹਾਦਤ ਹੈ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਪਿਤਾ ਦੀ ਸ਼ਹਾਦਤ ਨੂੰ ਕਿਹਾ ਕਿ ਕਿਨੋ ਵੱਡੋ ਕਲੂ ਮੈਂ ਸਾਕਾ ਕਿ ਇਹ ਜਿਹੜੀ ਸ਼ਹਾਦਤ ਹੈ ਇਸ ਏਜ ਦੀ ਬਹੁਤ ਵੱਡੀ ਸ਼ਹਾਦਤ ਹੈ ਸੋ ਮੈਂ ਸਮਝਦਾ ਹਾਂ ਵੀ ਜੇ ਅਸੀਂ ਸੱਚਮੁੱਚ ਸਾਡਾ ਆਪਣਾ ਨੇਸ਼ਨ ਹੋਏ ਜਾਂ ਹੁੰਦਾ ਹੈ ਜਦ ਸਾਡੇ ਚ ਅਵੇਅਰਨੈਸ ਹੋਏ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਦਿਨ ਜਿਹੜਾ ਕਿ ਨਾਨਕਸ਼ਾਹੀ ਮੂਲ ਕੈਲੰਡਰ ਮੁਤਾਬਕ 24 ਨਵੰਬਰ ਹੈ ਇਹ ਹਿਊਮਨਾਈਜ਼ਡ ਡੇ ਦੇ ਤੌਰ ਤੇ ਰੈਕਗਨਾਈਜ਼ ਹੁੰਦਾ ਹੈ ਯੂਨ ਦੇ ਵਿੱਚ ਸੋ ਮੈਂ ਹੁਣ ਅੱਗੇ ਨਹੀਂ ਜਾਵਾਂਗਾ ਜਿਹੜਾ ਇਸ ਸਾਲ ਦਾ ਥੀਮ ਹੈ ਕਿਉਂਕਿ 69th ਹੈ ਔਰ ਜਿਵੇਂ ਅਗਲਾ ਸਾਲ ਸਾਰਾ ਉਹਨਾਂ ਨੇ 70ਵੀਂ ਐਨੀਵਰਸਰੀ ਤੱਕ ਲਿਆਂਦੇ ਆ ਯੂਨ ਦਾ ਕੀ ਮੈਸੇਜ ਹੈ ਇਸ ਦੇ ਉੱਤੇ 2 ਮਿੰਟ ਦੀ ਵੀਡੀਓ ਹੈ ਜਿਸ ਨੂੰ ਸਾਡੇ ਦਰਸ਼ਕ ਜਿਹੜੇ ਨੇ ਉਹ ਦੇਖਣਗੇ ਉਹਨੇ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਉਸ ਨੂੰ ਚਲਾ ਦੇ ਵੀ ਸਨ ਟੂਡੇ ਐਟ ਅ ਟ੍ਰੈਸ਼ਰ ਆਫ ਅ ਗ੍ਰੇਟ ਇਵੈਂਟ ਬੋਥ ਇਨ ਦ ਲਾਈਟ ਆਫ ਦ ਯੂਨਾਈਟਿਡ ਨੇਸ਼ਨਸ ਐਂਡ ਇਨ ਦ ਲਾਈਟ ਆਫ ਮਨਕਾਈ all are equal before the law and are entitled without any discrimination to equal protection of the law. Toute personne a le droit de prendre part librement à la vie culturelle de la communauté, de jouir des arts et de participer au progrès scientifique et au bienfait qui en résulte. لكل شخص حق في التعليم. ويجب أن يوفر التعليم مجاناً على الأقل في مرحلتيه الابتدائية والأساسية. 婚姻可以被能仅在自由和完全同意双方参加的双方时缔结。凡受刑事控告者，在未经获得辩护上所需的一切保证的公开审判而依法证实有罪以前，有权被视为无罪。 Join us in raising awareness of basic human rights. Record yourself reading an article of the declaration in your own language. Everyone has the right to stand up for human rights. Add your voice ਜੀ ਦਰਸਾ ਸਾਡੇ ਸਾਡੇ ਈਵਜ਼ ਨੇ ਦੇਖ ਲਈ ਹੋਏਗੀ ਵਦਨਾ ਕੇ ਵੀਡੀਓ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਹਿਊਮਰਾਈਜ਼ ਡੇ ਤੇ 59th ਐਨੀਵਰਸਰੀ ਤੇ ਆਪਣੇ ਵਿਚਾਰ ਦਿੱਤੇ ਨੇ ਤੇ ਇਥੇ ਲੈਨੇ ਆਪਣੇ ਆਪਾਂ ਆਪਣੇ ਦਰਸ਼ਕਾਂ ਕੋਲ ਬ੍ਰੇਕ ਬਾਟਰ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਅਪੀਲ ਤੇ ਬੇਨਤੀ ਕਰਦੀਏ ਈਵਜ਼ ਅਸੀਂ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਦੇਖਦੇ ਵੀ ਐਵਰੀ ਡੇ ਕਿ ਅਸੀਂ ਜੋ ਟੀਵੀ 84 ਹੈ ਉਹ ਮਨੁੱਖੀ ਹੱਕਾਂ ਦੀ ਗੱਲ ਲਗਾਤਾਰ ਕਰ ਰਿਹਾ ਹੈ ਤੁਸੀਂ ਜੋ ਆਪਣੀ ਮਾਈਕ ਸਾਹਤਾ ਹੈ ਉਵਾ ਤੁਹਾਡਾ ਡੋਨੇਟ ਕਰੋ ਤੁਸੀਂ ਸਾਡੀ ਟੀਵੀ 84.tv ਤੇ ਜਾ ਕੇ ਇਹਨਾਂ 3 ਵੇਸ ਗ੍ਰੈਂਡ ਕਰ ਸਕਦੇ ਹੋ ਜਿਸ ਤਰ੍ਹਾਂ ਕਿ ਵਨ ਟਾਈਮ ਡੋਨੇਸ਼ਨ ਮੰਥਲੀ ਡੋਨੇਸ਼ਨ ਜਾਂ ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ 36-0137 ਥਾਮਨੀ ਲੌਂਗ ਅਰਨ ਸਿਟੀ ਨਿਊਯਾਰਕ 11101 ਯੂ ਐਸ ਏ ਜਾਂ ਫਿਰ ਤੁਸੀਂ ਸਾਡੇ ਫੋਨ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ 5164060694 ਫੀਅਰਸ ਵਿਚਾਰਨਾ ਸਿਲਸਿਲਾ ਇਸਰਾ ਜਲਦ ਆ ਰਿਹਾ ਮਿਲਦੇ ਆਫਟਰ ਥਿਸ ਸ਼ਾਰਟ ਬ੍ਰੇਕ